ਜੀ ਤਾਂ ਮੇਰਾ ਬਹੁਤ ਸਿਆਣਾ ਬੇਟਾ, ਸ਼ਰਾਰਤੀ ਬਹੁਤ ਸੀ ਛੋਟੇ ਹੁੰਦੇ ਤੋਂ, ਪਰ ਨਾਈਸ ਬਹੁਤ ਸੀ, ਮਤਲਬ ਇੰਟੈਲੀਜੈਂਟ ਵੀ ਕਾਫੀ ਸੀ, ਅਤੇ ਮੈਨੂੰ ਇੱਥੇ ਬਹੁਤ ਜ਼ਿਆਦਾ ਹੋਪ ਸੀ ਕਿ ਬਹੁਤ ਜਦ ਤੱਕ ਸਕਸੈਸ ਹੋਏਗਾ। ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆ, ਸਾਰਿਆਂ ਨੂੰ ਚਾਹੁੰਦੀ ਆ, ਅਤੇ ਵਧੀਆ ਤਿੰਨਾਂ ਭੈਣ ਭਰਾਵਾਂ ਦਾ ਬਹੁਤ ਵਧੀਆ ਪਿਆਰ ਸੀਗਾ, ਅਤੇ ਆਪਣੇ ਡੈਡੀ ਨੂੰ ਬਹੁਤ ਮਿਸ ਕਰਦੇ। ਗੱਲ ਦੱਸਦਾ ਸਕੂਲ ਆਪਣੇ ਸਕੂਲ ਟਾਈਮ ਦੀ, ਜਦੋਂ ਮੈਂ ਫਿਫਥ 'ਚ ਪੜ੍ਹਦਾ ਹੁੰਦਾ ਸੀ, ਮੇਰੇ ਸਾਨੂੰ ਇੱਕ ਟੀਚਰ ਪੜ੍ਹਾਉਂਦੇ ਸੀ ਹਰਪ੍ਰੀਤ ਸਰ, ਉਹਨਾਂ ਨਾਲ ਮੋਹਿਤ ਦੀ ਵੀਰੇ ਦੀ ਬੋਲ ਲੱਗਦੀ ਹੁੰਦੀ ਸੀ, ਅਤੇ ਪਹਿਲੀ ਵਾਰ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਅਤੇ ਉਹ ਕਹਿੰਦੇ ਆ ਜਾ ਗੁਲਾਟੀ ਦੇ ਭਰਾ ਆ ਜਾ, ਅਤੇ ਉਹਨਾਂ ਨੇ ਮੈਨੂੰ ਇੱਕ ਚਪੇੜ ਮਾਰੀ, ਉਹਨਾਂ ਅਤੇ ਉਹ ਕਹਿੰਦੇ ਤੂੰ ਗੁਲਾਟੀ ਦਾ ਭਰਾ ਹੀ ਹੈ ਇਸ ਕਰਕੇ ਤੇਰੇ ਚਪੇੜ ਮਾਰੀ ਆ। ਚਾਂਦਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਂਦਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਸੱਦਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਧਿਆ ਜੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਕ, ਉਹ ਤਾਂ ਹੋਰ ਹੀ ਜਹਾਨ ਸੀ। ਚਾਂਦਣੀ ਨੇ ਪੁੰਨੇ ਆਤੇ ਜਲਸਾ ਲਗਾਇਆ, ਜਲਸਾ ਲਗਾਇਆ, ਜਲਸਾ ਲਗਾਇਆ। Thank you.
ਦਮ ਨਾਲ ਦਮ ਬਣਾਂਗੀ ਰਾਂਝ ਆਵੇ ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ ਦਮ ਨਾਲ ਦਮ ਬਣਾਂਗੀ ਰਾਂਝ ਆਵੇ ਦਮ ਨਾਲ ਦਮ ਬਣਾਂਗੀ ਰਾਂਝ ਆਵੇ ਜਿਵੇਂ ਕਵੇਂ ਕਰਾਂਗੀ ਰਾਂਝ ਆਵੇ ਜਿਵੇਂ ਕਵੇਂਗਾ ਕਰਾਂਗੀ ਰਾਂਝ ਆਵੇ ਮੇਰਾ ਜਿਸਮ ਤੇ ਜਾਨ ਈਮਾਨ ਵਿੱਚੋਂ ਮੇਰਾ ਜਿਸਮ ਤੇ ਜਾਨ ਈਮਾਨ ਵਿੱਚੋਂ ਮੇਰਾ ਰੱਬ ਰਸੂਲ ਕਦਮ ਤੇ ਦਰਾਂਗੀ ਰਾਂਝ ਆਵੇ ਜਿਵੇਂ ਕਵੇਂ